ਮੋ ਟਰੈਕਟਰ ਕੋਟਕਪੂਰਾ ਆਹ ਆਪਣਾ ਨੰਬਰ ਹੈਗਾ ਬਾਈ ਜੀ ਅਤੇ ਆਹ ਆਪਣੇ ਸਮਾਨ ਕੱਲ੍ਹ ਆ ਗਿਆ ਸਾਰਾ ਪਟਿਆਲੇ ਤੋਂ ਆਹ ਹਿੱਸਾ ਰੀ ਨਾਲ ਫਿਰ ਹੋ ਗਿਆ ਡਬਲ ਪੰਪ ਵਾਲਾ ਡਬਲ ਪੰਪ ਇਹ ਹੁਣ ਲਾਵਾਂਗੇ ਅਸੀਂ ਵੀ ਆਹ ਅੱਗੇ ਆਹ ਹਿੱਲ ਜਾਂਦਾ ਹੁੰਦਾ ਇਹ ਹੁਣ ਇਹਨਾਂ ਕੱਢਾਂਗੇ ਇਹਨੂੰ ਇਹ ਲਾਹ ਦੇਣਾ ਆਪਾਂ ਇਹ ਪਹਿਲਾਂ ਤੁਹਾਨੂੰ ਇਹ ਵਿਖਾਉਣ ਮਾਰਿਆਂ ਨਹੀਂ ਪਾਇਆ ਇਹ ਵੀ ਅੱਗੇ ਇੱਥੇ ਹੁੰਦਾ ਸੀ ਆਹ ਚੀਜ਼ ਇਹਦੀ ਖਰਾਬ ਹੋ ਜਾਂਦੀ ਸੀ ਹੁਣ ਆਪਾਂ ਨਵੇਂ ਮਰੀਨਲ ਵਾਲੇ ਮਾਡਲ ਦਾ ਲਾਤਾ ਇੱਥੇ ਥੱਲੇ ਠੀਕ ਆ ਨਵਾਂ ਸਿਲੰਡਰ ਥੱਲੇ ਵਾਲਾ ਦੋਵੇਂ ਪਾਸੇ ਵਾਲਾ ਠੀਕ ਆ ਮਰੀਨ ਇਹ ਤਾਂ ਪਾਇਆ ਵੀ ਇਹ ਇੱਥੋਂ ਅੱਗੇ ਖਰਾਬ ਹੋ ਜਾਂਦਾ ਹੁਣ ਇਹ ਡੈਕ ਤੋਂ ਮੁੱਕ ਜੂਗੀ ਇਹ ਜਮਾਂ ਹੁਣ ਇਹ ਨਵੇਂ ਮਾਡਲ ਦਾ ਇੱਕ ਆਹ ਆਪਣਾ 735 ਨਵਾਂ ਆ ਗਿਆ ਇਹ ਵੀ 17 ਸਪਾਵਰ ਕਰਨਾ ਅਤੇ ਇਹਦਾ ਵੀ ਇੰਜਨ ਲੈ ਗਿਆ ਉਹ ਤੁਸੀਂ ਦੇਖਿਆ ਹੀ ਆ 44855 ਰਕਮ ਚੱਲੀ ਜਾਂਦਾ ਆਹ 735 ਇਹ ਵੀ ਅਤੇ ਆਹ ਵੀ ਸਾਰਾ ਸਮਾਨ ਆਪਾਂ ਜਨੂਅਨ ਲਿਆਂਦਾ ਉਹ 44 ਅਤੇ ਆਹ 35 ਦੋ ਹੋ ਗਏ ਦੋ 1858 35 ਦਾ ਇਹ 17 ਸਪਾਵਰ ਵਾਲੇ ਹੋ ਗਏ ਸਾਰੇ ਸਾਰਿਆਂ ਨੂੰ ਪਾਵਰ ਚੱਲੀ ਜਾਂਦਾ ਕੰਮ ਇਹ ਵੱਡੀ ਦੁਕਾਨ ਦਾ ਆਹੀ ਸੌਖਾ ਆਹ ਦੇਖੋ ਹੁਣ ਇੱਕ ਕੱਲ੍ਹ ਨੂੰ ਇੱਧਰ ਹੋਰ ਆ ਜਾਣਾ 47 ਕੱਲ੍ਹ ਨੂੰ ਆ ਜਾਏ ਜਾਂ ਸੋਮਵਾਰ ਆ ਜੇ ਉਹਨੂੰ ਇੱਥੇ ਲਾ ਦੇਣਾ ਆਪਾਂ ਵੇਖੋ 4 ਟਰੈਕਟਰ ਇੱਥੇ 5 ਟਰੈਕਟਰ ਵਧੀਆ ਖੁੱਲ੍ਹਦੇ ਕੰਮ ਚੱਲਦਾ ਉਹ ਦੁਕਾਨ ਆਪਣੀ ਭੀੜੀ ਸੀ ਉਹਦੇ 'ਚ ਨਹੀਂ ਸੂਤ ਆਉਂਦਾ ਸੀ ਕੰਮ ਜਗਾੜ ਉੱਧਰ ਆਪਣੇ ਦੂਜੇ ਟਰੈਕਟਰ ਉੱਧਰ ਖੜ੍ਹੇ ਹੋ ਤੁਸੀਂ ਦੇਖਦੇ ਹੋ ਉੱਧਰ ਸ਼ੈਡ 'ਚ ਖੜ੍ਹੇ ਆ ਅਤੇ ਕੰਮ ਆਪਣੇ ਕੋਲ ਇੱਥੇ ਸੁੱਖ ਸਦ ਵਾਧੂ ਆ ਖੁੱਲ੍ਹਾ ਥਾਂ ਆਹ ਟਾਪੇ ਟੁੱਪੇ ਸਾਰਾ ਸਮਾਨ ਆ ਗਿਆ ਟੋਟਲੀ ਠੀਕ ਆ ਜੀ ਹਾਂ ਵੀ ਸਾਰਾ ਸਮਾਨ ਆ ਗਿਆ ਆਹ ਸਮਾਨ ਆ ਗਿਆ ਆਹ ਵੀ ਮਤਲਬ 69 ਵਾਲਾ ਸਾਰਾ ਸਮਾਨ ਆ ਗਿਆ ਉਹ ਸਾਰਾ ਸਮਾਨ ਆਇਆ ਪਿਆ ਟੋਟਲ ਅਤੇ ਹੁਣ ਆਪਾਂ ਸੈਟਿੰਗ ਸਾਰੀ ਹੋ ਜੂ ਆਪਣੀ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਬਾਈ ਕਰਿਆ ਕਰੋ ਅਤੇ ਸ਼ੇਅਰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਤਾ ਲੱਗ ਜਾਂਦਾ ਬੰਦੇ ਨੂੰ ਆਹ ਕੰਮ ਬਾਈ ਇੱਥੇ ਕਰਦਾ ਸਾਰਾ ਜਨੂਅਨ ਰੀਨਲ ਸਮਾਨ ਪਾਇਆ ਟੋਟਲੀ ਹਿੱਸਾ ਵੀ ਸਾਰਾ ਰੀਨਲ ਲੈ ਆਹ ਦੇਗੀ ਚੁੱਲ੍ਹਾ ਲਾਉਣਾ ਦੇਗੀ ਚੁੱਲ੍ਹੇ ਲਾਉਣੇ ਆ ਆਹ ਪਏ ਉਹ ਦੇਗੀ ਚੁੱਲ੍ਹੇ ਲੱਗਣ ਗਿਆ ਹਾਂ ਦੇਖੋ ਇਹ ਦੋ ਦੇਗੀ ਚੁੱਲ੍ਹੇ ਵੀ ਆਏ ਆ ਰੀਨਲ ਜਨੂਅਨ ਅਤੇ ਆਹ ਬਲਾਕ ਧੋਈ ਜਾਂਦੇ ਹਾਂ ਸਮਾਨ ਸਾਰਾ ਆਹ ਡਬਲ ਪੰਪ ਵਾਲੀ ਦੇ ਪੇਟ ਲੱਗ ਗਈ ਆ ਰੀਨਲ ਜਨੂਅਨ ਡਬਲ ਪੰਪ ਵਾਲੀ ਬਾਕੀ ਸਾਰਾ ਜਿਵੇਂ ਜਿਵੇਂ ਕੰਮ ਚੱਲੂਗਾ ਤੁਹਾਨੂੰ ਵੀਡੀਓ ਪਾਉਂਦੇ ਰਿਹਾ ਕਰਾਂਗੇ ਅਪਡੇਟ ਕਰਦੇ ਰਿਹਾ ਕਰਾਂਗੇ ਕਮੈਂਟ ਅਤੇ ਸ਼ੇਅਰ ਦੱਬ ਕੇ ਮੋ ਟਰੈਕਟਰ ਕੋਟਕਪੂਰਾ ਅਤੇ ਆਹ ਦੇਖੋ ਉਹਦਾ ਆਪਾਂ ਉਹ ਟਰੈਕਟਰ ਜਿਹੜਾ 735 ਉਹਨੂੰ ਸਾਈਡ ਗੇਅਰ ਵੀ ਕਰਨਾ ਹੀ ਕਰਨਾ ਹਰ ਹਾਲਤ ਕੁਛ ਵੀ ਹੋ ਜਾਵੇ ਉਹਨੂੰ ਸਾਈਡ ਗੇਅਰ ਕਰਨਾ ਇਹਦਾ ਇੰਨਾ 17 ਸਪਾਵਰ ਵਾਲਾ ਹੀ ਆ ਸਾਰਾ ਸਿਸਟਮ ਆਪਣਾ ਸਾਰਾ ਸਮਾਨ ਇਹਦਾ ਰੀਨਲ ਜਨੂਅਨ ਅਤੇ ਕਮੈਂਟ ਸ਼ੇਅਰ ਆਹ ਸਾਰਾ ਸਮਾਨ ਦੇਖ ਲਓ ਇਹਦਾ ਆਇਆ ਵਾ ਬਾਸ਼ਲ ਵੀ ਆਪਾਂ ਜਿਹੜੀ ਹੁੰਦੀ ਆ ਰੀਨਲ ਪਾਈ ਦੀ ਆ ਜਿਹੜੀ ਮਤਲਬ ਹਿੱਸਿਆਂ ਦੇ ਵਿੱਚ ਪੈਣੀ ਆ ਉਹ ਨਹੀਂ ਕੋਈ ਦੇਸੀ ਸਮਾਨ ਸਾਰਾ ਜਨੂਅਨ ਸਮਾਨ ਆ ਰਬੜਾਂ ਵਾਲਾ ਦੇਖੋ ਇਹ ਵੀ ਸਾਰੇ ਰੀਨਲ ਕੋਈ ਚੀਜ਼ ਆਪਾਂ ਉਹ ਨਹੀਂ ਵੀ ਦੇਸੀ ਜਾਂ ਚੀਜ਼ ਆ ਪਾ ਦਿਓ ਦੇਸੀ ਉਹ ਨਹੀਂ ਆ ਵੇਖੋ ਆਹ ਸੀਲ ਆ ਉਹ ਵੀ ਰੀਨਲ ਆ ਆਪਣੇ ਕੋਲ ਟੋਟਲ ਰੀਨਲ ਸਮਾਨ ਆ ਕੋਈ ਉਹ ਨਹੀਂ ਆਵੇ ਪਾਈਪਾਂ ਪਈਆਂ ਸਾਰੀਆਂ ਜਨੂਅਨ ਪਾਈਪਾਂ ਇਹਦੀਆਂ ਲੱਗਣੀਆਂ ਰੀਨਲ ਬਸ ਸਮਾਨ ਜਿਹੜਾ ਇਹਦੇ 'ਚ ਪਾਇਆ ਉਹ ਕੱਢ ਰਿਹਾ ਆ ਪਿਆ ਕਾਗਜ਼ ਉਹ ਵੀ ਬਸ ਸਟਾਰਟ ਸਕੂਟਰ ਸਾਰੇ ਰੀਨਲ ਲਾਏ ਆ ਕੋਈ ਦੇਸੀ ਨਹੀਂ ਆਪਾਂ ਜਗਾੜ ਕਰਕੇ ਲਾਇਆ ਆਹ 735 ਕੱਲ੍ਹ ਆਇਆ ਕੱਲ੍ਹ ਆਪਾਂ ਪਟਿਆਲੇ ਗਏ ਸੀਗੇ ਇਹ 735 ਦਾ ਇੰਜਨ ਵੀ ਲੈ ਗਿਆ ਉਹ 44855 ਆਹ ਫਿਰ 35 ਆ ਇਹ ਤਾਂ ਦੇਖੇ ਇਹਨਾਂ ਨੇ ਪਹਿਲਾਂ ਵੀਡੀਓ ਆਹ ਨਵਾਂ ਆਇਆ ਕਰਕੇ ਇਹਦੀ ਵੀਡੀਓ ਅੱਜ ਬਣਾ ਕੇ ਪਾਤੀ ਆ ਹੁਣ ਜਿਹੜਾ ਦੂਜਾ ਆਊਗਾ ਉਹਦੀ ਵੀਡੀਓ ਪਾ ਦਾਂ ਰੈਮ ਰੂਮ ਆ ਗਏ ਆਪਣੇ 16 ਦੇ ਕੜੇ ਜਿਹੜਾ ਆਪਣਾ 75 ਵਾਲਾ ਸੋਨਾ ਲਿਖਿਆ ਉਹਦੇ ਕੜੇ ਛੋਟੇ ਸੀ ਉਹ ਕੜੇ ਵੀ ਆ ਗਏ ਉਹ ਪਾਰਲੇ ਟਰੈਕਟਰ ਉਹਦੇ ਵੀ ਕੜੇ ਆ ਗਏ ਆ ਉਹਦੇ ਕੜੇ ਬਦਲਣੇ ਆ 44 ਦੇ ਵੀ 16 ਦੇ ਟਾਇਰ ਪਾਉਣੇ ਆ ਅਤੇ ਆਹ ਮਰਗਾੜ ਆ ਗਏ ਬਟ ਟਰੈਕਟਰ ਦੇ ਇਹਦੇ ਪਹਿਲਾਂ ਵੱਡੇ ਸੀ ਛੋਟੇ ਥੋੜ੍ਹੇ ਜਿਹੇ ਆਏ ਜਿਹੜੇ ਨਵੇਂ ਮਾਡਲ ਦੇ ਆਏ ਹੁਣ ਅਤੇ ਇਹ ਚੱਕਰ ਆ ਰੈਮ ਰੂਮ ਆ ਗਏ ਇੱਧਰ ਪਏ ਰੀਨਲ ਆਪਣੇ ਰੈਮ ਰੂਮ ਉਹ ਰੀਨਲ ਰੈਮ ਆ ਗਏ ਆਪਣੇ ਛੱਡੀ ਭਾਈ ਲਾਈਟ ਹਾਂ ਦੇਖੋ ਰੀਨਲ ਰੈਮ ਆ ਗਏ ਸਾਰੇ ਚਾਰੇ ਦੋਵਾਂ ਟਰੈਕਟਰਾਂ ਦੇ ਆ ਗਏ ਬਾਕੀ ਦਾ ਸਮਾਨ ਹੋਰ ਲੈ ਮੋਟਰ ਟਰੈਕਟਰ ਕੋਟਕਪੂਰਾ
कमेंट ते शेयर ते आ नंबर आ जिते जे अपनी पुरानी दुकान ते आके ते नवी ते आना ते थल्ले नंबर ते गल करके फिर उतो पता ले लिया करो ते मोड़ ट्रैक्टर कोटपुरा कमेंट ते शेयर दब के कर दिया करो। मोड़ ट्रैक्टर कोटपुरा फरीदकोट रोड के उत्ते वर्कशॉप आ पुल जिहड़ा फरीदकोट बनया उहदे नीचे गली दे कोले आ जमा सेंटर दे विच उत्थे नेड़े आ उत्थे आके पुछ सकदे मोड़ ट्रैक्टर दा। बाकी थोनों लोकेशन तां पा गई आ मोड़ ट्रैक्टर कोटपुरा।